ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਜਿਸ ਦੇ ਚਲਦੇ ਪ੍ਰਸ਼ਾਸਨ ਨੇ ਇੱਕੋ ਦਿਨ ਦੇ ਅੰਦਰ 100 ਮਾਮਲੇ ਕਿਸਾਨਾਂ ਤੇ ਦਰਜ ਕਰ ਲਏ ਨੇ ਅਤੇ ਹੁਣ ਕਿਸਾਨਾਂ ਖਿਲਾਫ ਮਾਮਲੇ ਦਰਜ ਕਰਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਾ ਬੰਦਾ ਹੈ ਕਿ ਸੈਟੇਲਾਈਟ ਦੇ ਜ਼ਰੀਏ ਪ੍ਰਸ਼ਾਸਨ ਵੱਲੋਂ ਵੇਖਿਆ ਗਿਆ ਕਿ ਕਿੱਥੇ-ਕਿੱਥੇ ਕਿਸਾਨਾਂ ਨੇ ਪ੍ਰਾਲੀ ਨੂੰ ਅੱਗ ਲਗਾਈ ਹੋਈ ਹੈ ਅਤੇ ਉਸ ਆਧਾਰ ਉਤੇ ਐਕਸ਼ਨ ਲਿਆ ਗਿਆ ਅਤੇ ਇੱਕੋ ਦਿਨ ਦੇ ਅੰਦਰ 100 ਮਾਮਲੇ ਕਿਸਾਨਾਂ ਉਤੇ ਦਰਜ ਕਰ ਲਏ। ਜਾਣਕਾਰੀ ਮੁਤਾਬਿਕ ਕਿਸਾਨਾਂ ਖਿਲਾਫ ਇਹ ਕਾਰਵਾਈ ਤਰਨ ਤਾਰਨ ਦੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਹੈ। ਕਿਸਾਨਾਂ ਵੱਲੋਂ ਝੋਨੇ ਦੀ ਵਢਾਈ ਤੋਂ ਬਾਅਦ ਪਰਾਲੀ ਨੂੰ ਹੁਣ ਅੱਗਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਕਾਰਨ ਨਾ ਸਿਰਫ ਵਾਤਾਵਰਨ ਦੂਸ਼ਿਤ ਹੋਵੇਗਾ ਸਗੋਂ ਖੇਤਾਂ ਦੇ ਨਜ਼ਦੀਕ ਬਣੇ ਰਸਤਿਆਂ ਤੇ ਸੜਕਾਂ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਤਾਂ ਖੇਤਾਂ ਨੂੰ ਲਗਾਈ ਅੱਗਾਂ ਦੇ ਕਾਰਨ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਜਿਸ ਕਾਰਨ ਪ੍ਰਸ਼ਾਸਨ ਨੇ ਹੁਣ ਆਪਣਾ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਸਾਨਾਂ ਤੇ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਨੇ। ਹਾਲਾਂਕਿ ਹਰ ਵਾਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾਂਦੀ ਹੈ ਪਰ ਕਿਸਾਨਾਂ ਦਾ ਆਪਣਾ ਤਰਕ ਹੁੰਦਾ ਹੈ ਕਿ ਰਹਿੰਦ ਖੁੰਦ ਨੂੰ ਇਕੱਠਾ ਕਰਨ ਅਤੇ ਵਾਹੁਣ ਲਈ ਉਹਨਾਂ ਕੋਲ ਯੋਗ ਮਸ਼ੀਨਰੀ ਨਹੀਂ ਅਤੇ ਜੇ ਉਹ ਪ੍ਰਸ਼ਾਸਨ ਦੇ ਨਕਸ਼ੇ ਕਦਮ ਤੇ ਚੱਲਦੇ ਹਨ ਅਤੇ ਰਹਿੰਦ ਖੁੰਦ ਨੂੰ ਵਾਉਂਦੇ ਹਨ ਤਾਂ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵੀ ਕੁਝ ਜ਼ਿਆਦਾ ਮਦਦ ਨਹੀਂ ਕੀਤੀ ਜਾਂਦੀ ਜਿਸ ਕਾਰਨ ਉਹਨਾਂ ਵੱਲੋਂ ਅੱਗਾਂ ਲਗਾਈਆਂ ਜਾਂਦੀਆਂ ਨੇ ਪਰ ਇਹਨਾਂ ਅੱਗਾਂ ਕਾਰਨ ਵਾਤਾਵਰਨ ਦੂਸ਼ਿਤ ਹੁੰਦਾ ਹੈ ਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਫਿਲਹਾਲ ਤਰਨ ਤਾਰਨ ਪੁਲਿਸ ਪ੍ਰਸ਼ਾਸਨ ਨੇ ਸਖਤ ਕਦਮ ਚੱਕਦੇ ਹੋਏ 100 ਮਾਮਲੇ ਕਿਸਾਨਾਂ ਖਿਲਾਫ ਦਰਜ ਕਰ ਲਏ ਨੇ ਅਤੇ ਇੱਕੋ ਦਿਨ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਸਟਬਲ ਬਰਨਿੰਗ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਸਖਤ ਚੱਲ ਰਿਹਾ ਦੱਸ ਦਈਏ ਕਿ ਅੱਜ ਜ਼ਿਲ੍ਹਾ ਤਰਨਤਾਰਨ ਪ੍ਰਸ਼ਾਸਨ ਵੱਲੋਂ 21 ਦਿਨ ਦੇ ਵਿੱਚ 100 ਦੇ ਕਰੀਬ ਜਿਹੜੇ ਨੇ ਸਟਬਲ ਬਰਨਿੰਗ ਦੇ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਕੁਝ ਅਣਪਛਾਤੇ ਅਤੇ ਕਈ ਕਿਸਾਨਾਂ ਦੇ ਉੱਪਰ ਇਹ ਸਾਰੇ ਪਰਚੇ ਜਿਹੜੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ 100 ਦੇ ਕਰੀਬ ਜਿਹੜੇ ਨੇ ਦਰਜ ਕੀਤੇ ਗਏ ਨੇ। ਦੱਸ ਦਈਏ ਸੈਟੇਲਾਈਟ ਦੇ ਜ਼ਰੀਏ ਇਹ ਸਾਰੇ ਜਿਹੜਾ ਜਿਹਨੂੰ ਦੇਖਿਆ ਗਿਆ ਕਿ ਕਿੱਥੇ ਜਿਹੜੀ ਆ ਸਟਬਲ ਬਰਨਿੰਗ ਹੋ ਰਹੀ ਆ ਉਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਸਖਤ ਆ ਰਿਹਾ ਉਸੇ ਤਰੀਕੇ ਨਾਲ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਨੇ 100 ਦੇ ਕਰੀਬ ਜਿਹੜੇ ਨੇ ਮਾਮਲੇ ਜਿਹੜੇ ਅਣਪਛਾਤੇ ਅਤੇ ਕਿਸਾਨਾਂ ਦੇ ਉੱਪਰ ਜਿਹੜੇ ਨੇ ਦਰਜ ਕੀਤੇ ਗਏ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 8। ਸਟਬਲ ਬਰਨਿੰਗ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਸਖਤ ਚੱਲ ਰਿਹਾ ਦੱਸ ਦਈਏ ਕਿ ਅੱਜ ਜ਼ਿਲ੍ਹਾ ਤਰਨਤਾਰਨ ਪ੍ਰਸ਼ਾਸਨ ਵੱਲੋਂ 21 ਦਿਨ ਦੇ ਵਿੱਚ 100 ਦੇ ਕਰੀਬ ਜਿਹੜੇ ਨੇ ਸਟਬਲ ਬਰਨਿੰਗ ਦੇ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਕੁਝ ਅਣਪਛਾਤੇ ਅਤੇ ਕਈ ਕਿਸਾਨਾਂ ਦੇ ਉੱਪਰ ਇਹ ਸਾਰੇ ਪਰਚੇ ਜਿਹੜੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ 100 ਦੇ ਕਰੀਬ ਜਿਹੜੇ ਨੇ ਦਰਜ ਕੀਤੇ ਗਏ ਨੇ। ਦੱਸ ਦਈਏ ਸੈਟੇਲਾਈਟ ਦੇ ਜ਼ਰੀਏ ਇਹ ਸਾਰੇ ਜਿਹੜਾ ਜਿਹਨੂੰ ਦੇਖਿਆ ਗਿਆ ਕਿ ਕਿੱਥੇ ਜਿਹੜੀ ਆ ਸਟਬਲ ਬਰਨਿੰਗ ਹੋ ਰਹੀ ਆ ਉਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਸਖਤ ਆ ਰਿਹਾ ਉਸੇ ਤਰੀਕੇ ਨਾਲ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਨੇ 100 ਦੇ ਕਰੀਬ ਜਿਹੜੇ ਨੇ ਮਾਮਲੇ ਜਿਹੜੇ ਅਣਪਛਾਤੇ ਅਤੇ ਕਿਸਾਨਾਂ ਦੇ ਉੱਪਰ ਜਿਹੜੇ ਨੇ ਦਰਜ ਕੀਤੇ ਗਏ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 8। ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਜਿਸ ਦੇ ਚਲਦੇ ਪ੍ਰਸ਼ਾਸਨ ਨੇ ਇੱਕੋ ਦਿਨ ਦੇ ਅੰਦਰ 100 ਮਾਮਲੇ ਕਿਸਾਨਾਂ ਤੇ ਦਰਜ ਕਰ ਲਏ ਨੇ ਅਤੇ ਹੁਣ ਕਿਸਾਨਾਂ ਖਿਲਾਫ ਮਾਮਲੇ ਦਰਜ ਕਰਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਸੈਟੇਲਾਈਟ ਦੇ ਜ਼ਰੀਏ ਪ੍ਰਸ਼ਾਸਨ ਵੱਲੋਂ ਵੇਖਿਆ ਗਿਆ ਕਿ ਕਿੱਥੇ-ਕਿੱਥੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਹੋਈ ਹੈ ਅਤੇ ਉਸ ਆਧਾਰ ਉਤੇ ਐਕਸ਼ਨ ਲਿਆ ਗਿਆ ਅਤੇ ਇੱਕੋ ਦਿਨ ਦੇ ਅੰਦਰ 100 ਮਾਮਲੇ ਕਿਸਾਨਾਂ ਉਤੇ ਦਰਜ ਕਰ ਲਏ। ਜਾਣਕਾਰੀ ਮੁਤਾਬਿਕ ਕਿਸਾਨਾਂ ਖਿਲਾਫ ਇਹ ਕਾਰਵਾਈ ਤਰਨ ਤਾਰਨ ਦੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਹੈ। ਕਿਸਾਨਾਂ ਵੱਲੋਂ ਝੋਨੇ ਦੀ ਵਢਾਈ ਤੋਂ ਬਾਅਦ ਪਰਾਲੀ ਨੂੰ ਹੁਣ ਅੱਗਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਕਾਰਨ ਨਾ ਸਿਰਫ ਵਾਤਾਵਰਨ ਦੂਸ਼ਿਤ ਹੋਵੇਗਾ ਸਗੋਂ ਖੇਤਾਂ ਦੇ ਨਜ਼ਦੀਕ ਬਣੇ ਰਸਤਿਆਂ ਤੇ ਸੜਕਾਂ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਤਾਂ ਖੇਤਾਂ ਨੂੰ ਲਗਾਈ ਅੱਗਾਂ ਦੇ ਕਾਰਨ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਜਿਸ ਕਾਰਨ ਪ੍ਰਸ਼ਾਸਨ ਨੇ ਹੁਣ ਆਪਣਾ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਸਾਨਾਂ ਤੇ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਨੇ। ਹਾਲਾਂਕਿ ਹਰ ਵਾਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾਂਦੀ ਹੈ ਪਰ ਕਿਸਾਨਾਂ ਦਾ ਆਪਣਾ ਤਰਕ ਹੁੰਦਾ ਹੈ ਕਿ ਰਹਿੰਦ ਖੁੰਦ ਨੂੰ ਇਕੱਠਾ ਕਰਨ ਅਤੇ ਵਾਹੁਣ ਲਈ ਉਹਨਾਂ ਕੋਲ ਯੋਗ ਮਸ਼ੀਨਰੀ ਨਹੀਂ ਅਤੇ ਜੇ ਉਹ ਪ੍ਰਸ਼ਾਸਨ ਦੇ ਨਕਸ਼ੇ ਕਦਮ ਤੇ ਚੱਲਦੇ ਹਨ ਅਤੇ ਰਹਿੰਦ ਖੁੰਦ ਨੂੰ ਵਾਉਂਦੇ ਹਨ ਤਾਂ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵੀ ਕੁਝ ਜ਼ਿਆਦਾ ਮਦਦ ਨਹੀਂ ਕੀਤੀ ਜਾਂਦੀ ਜਿਸ ਕਾਰਨ ਉਹਨਾਂ ਵੱਲੋਂ ਅੱਗਾਂ ਲਗਾਈਆਂ ਜਾਂਦੀਆਂ ਨੇ ਪਰ ਇਹਨਾਂ ਅੱਗਾਂ ਕਾਰਨ ਵਾਤਾਵਰਨ ਦੂਸ਼ਿਤ ਹੁੰਦਾ ਹੈ ਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਫਿਲਹਾਲ ਤਰਨ ਤਾਰਨ ਪੁਲਿਸ ਪ੍ਰਸ਼ਾਸਨ ਨੇ ਸਖਤ ਕਦਮ ਚੱਕਦੇ ਹੋਏ 100 ਮਾਮਲੇ ਕਿਸਾਨਾਂ ਖਿਲਾਫ ਦਰਜ ਕਰ ਲਏ ਨੇ ਅਤੇ ਇੱਕੋ ਦਿਨ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ।
ਸਟਬਲ ਬਰਨਿੰਗ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਸਖ਼ਤ ਚੱਲ ਰਿਹਾ ਦੱਸਦੀ ਹੈ ਕਿ ਅੱਜ ਜ਼ਿਲ੍ਹਾ ਤਰਨਤਾਰਨ ਪ੍ਰਸ਼ਾਸਨ ਵੱਲੋਂ ਇੱਕ ਹੀ ਦਿਨ ਦੇ ਵਿੱਚ 100 ਦੇ ਕਰੀਬ ਜਿਹੜੇ ਨੇ ਸਟਬਲ ਬਰਨਿੰਗ ਦੇ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ। ਕੁਛ ਅਣਪਛਾਤੇ ਅਤੇ ਕਈ ਕਿਸਾਨਾਂ ਦੇ ਉੱਪਰ ਇਹ ਸਾਰੇ ਪਰਚੇ ਜਿਹੜੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ 100 ਦੇ ਕਰੀਬ ਜਿਹੜੇ ਨੇ ਦਰਜ ਕੀਤੇ ਗਏ ਨੇ। ਦੱਸ ਦਈਏ ਸੈਟੇਲਾਈਟ ਦੇ ਜ਼ਰੀਏ ਇਹ ਸਾਰੇ ਜਿਹੜਾ ਜਿਹਨੂੰ ਦੇਖਿਆ ਗਿਆ ਕਿ ਕਿੱਥੇ ਜਿਹੜੀ ਆ ਸਟਬਲ ਬਰਨਿੰਗ ਹੋ ਰਹੀ ਆ ਉਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਸਖ਼ਤ ਆ ਰਿਹਾ। ਉਸੇ ਤਰੀਕੇ ਨਾਲ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਨੇ 100 ਦੇ ਕਰੀਬ ਜਿਹੜੇ ਨੇ ਮਾਮਲੇ ਜਿਹੜੇ ਅਣਪਛਾਤੇ ਅਤੇ ਕਿਸਾਨਾਂ ਦੇ ਉੱਪਰ ਜਿਹੜੇ ਨੇ ਦਰਜ ਕੀਤੇ ਗਏ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18। ਸਟਬਲ ਬਰਨਿੰਗ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਸਖ਼ਤ ਚੱਲ ਰਿਹਾ ਦੱਸ ਦਈਏ ਕਿ ਅੱਜ ਜ਼ਿਲ੍ਹਾ ਤਰਨਤਾਰਨ ਪ੍ਰਸ਼ਾਸਨ ਵੱਲੋਂ ਇੱਕ ਹੀ ਦਿਨ ਦੇ ਵਿੱਚ 100 ਦੇ ਕਰੀਬ ਜਿਹੜੇ ਨੇ ਸਟਬਲ ਬਰਨਿੰਗ ਦੇ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ। ਕੁਛ ਅਣਪਛਾਤੇ ਅਤੇ ਕਈ ਕਿਸਾਨਾਂ ਦੇ ਉੱਪਰ ਇਹ ਸਾਰੇ ਪਰਚੇ ਜਿਹੜੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ 100 ਦੇ ਕਰੀਬ ਜਿਹੜੇ ਨੇ ਦਰਜ ਕੀਤੇ ਗਏ ਨੇ। ਦੱਸ ਦਈਏ ਸੈਟੇਲਾਈਟ ਦੇ ਜ਼ਰੀਏ ਇਹ ਸਾਰੇ ਜਿਹੜਾ ਜਿਹਨੂੰ ਦੇਖਿਆ ਗਿਆ ਕਿ ਕਿੱਥੇ ਜਿਹੜੀ ਆ ਸਟਬਲ ਬਰਨਿੰਗ ਹੋ ਰਹੀ ਆ ਉਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਸਖ਼ਤ ਆ ਰਿਹਾ। ਉਸੇ ਤਰੀਕੇ ਨਾਲ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਨੇ 100 ਦੇ ਕਰੀਬ ਜਿਹੜੇ ਨੇ ਮਾਮਲੇ ਜਿਹੜੇ ਅਣਪਛਾਤੇ ਅਤੇ ਕਿਸਾਨਾਂ ਦੇ ਉੱਪਰ ਜਿਹੜੇ ਨੇ ਦਰਜ ਕੀਤੇ ਗਏ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।